ਜਿੰਨੇ ਬੰਦੇ ਸਾਰੀ ਮੇਰੇ ਵੀਡੀਓ ਲਈ ਹੈ ਮੇਰੇ ਕੈਮਰੇ ਲੱਗੇ ਨੇ ਦੁਕਾਨ ਤੇ ਮੇਰੇ ਘਰ ਵਾਲੀ ਮੇਰੀ ਸੱਸ ਮੇਰਾ ਸਾਰਾ ਉਹਦੇ ਵਿੱਚ ਨੇ ਨਾਲ ਆਏ ਕੋਠਿਆਂ ਦਾ ਇੱਕ ਸਰਪੰਚ ਹੈ ਉਹਨਾਂ ਦਾ ਉਹ ਡਰਾਈਵਰ ਹੈ ਉਹਨਾਂ ਦੀ ਸਿਫਾਰਸ਼ ਹੈ ਉਹਨਾਂ ਦੀ ਸਿਫਾਰਸ਼ ਕਰਵਾਈ ਹੋਈ ਹੈ ਦਪਾਰਚੀ ਮੇਜ ਮੈਂ ਦੁਕਾਨ ਦੇ ਅੰਦਰ ਮੇਰੇ ਵੜ ਜਾਂਦੇ ਮਾਂ ਕਰਨਾ ਜੀ ਮੈਂ ਭੱਜ ਕੇ ਅੰਦਰ ਵੜ ਦੇਣਾ ਉਹ ਕੰਚ ਦੀਆਂ ਬੋਤਲਾਂ ਮਾਰ ਦਿੰਦੇ ਸਾਰੇ ਸ਼ਰਾਬ ਵੇਚਦੇ ਬਲੈਕੀਏ ਬੰਦੇ ਨੇ ਹੋਰ ਸੁਣੇ ਗੱਲ ਦਾ ਪਤਾ ਹੈ ਐਸੇ ਚ ਖੁਦ ਪਤਾ ਹੈ ਵੀ ਇਹ ਬਲੈਕੀਏ ਬੰਦੇ ਨੇ ਦਾਰੂ ਵੇਚਦੇ ਤੇ ਪੀਸ਼ ਖਾਂਦੇ ਲੋਕ ਜਿਵੇਂ ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਆਮ ਆਦਮੀ ਹਾਂ ਆਮ ਆਦਮੀ ਸਰਕਾਰ ਨਾ ਇਨਸਾਫ ਦੇਵੇ ਨਾ ਜੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋਜੋਵਾਲ ਵਿਖੇ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਔਰਤ ਨੇ ਆਪਣੇ ਪੇਕੇ ਪਰਿਵਾਰ ਸਮੇਤ 10 ਦੇ ਕਰੀਬ ਬਾਹਰਲੇ ਗੁੰਡਿਆਂ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਿਸਦੀ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਬਾਅਦ ਦੇ ਵਿੱਚ ਉਸੇ ਵੀਡੀਓ ਦੇ ਆਧਾਰ ਤੇ ਥਾਣਾ ਛਾਜਲੀ ਵਿਖੇ ਕਥਿਤ ਆਰੋਪੀਆਂ ਤੇ ਵੱਖ ਵੱਖ ਧਾਰਾਵਾਂ ਤੋਂ ਇਲਾਵਾ ਧਾਰਾ 452 ਤਹਿਤ ਮਾਮਲਾ ਦਰਜ ਕਰ ਲਿਆ ਸੀ ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਮੀਡੀਆ ਟੀਮ ਨੂੰ ਜਾਣਕਾਰੀ ਦਿੰਦਿਆਂ ਪੀੜਤ ਗੋਪਾਲ ਸਿੰਘ ਉਰਫ ਗੋਲੂ ਨੇ ਦੱਸਿਆ ਕਿ ਘਰ ਦੇ ਵਿੱਚ ਹਮੇਸ਼ਾ ਹੀ ਉਸਦੀ ਪਤਨੀ ਨਾਲ ਕਲੇਸ਼ ਰਹਿੰਦਾ ਸੀ ਜਿਸ ਨੂੰ ਲੈ ਕੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਅਤੇ ਇਸ ਦੇ ਬਾਵਜੂਦ ਵੀ ਪਤਨੀ ਨੇ ਆਪਣੇ ਪੇਕੇ ਪਰਿਵਾਰ ਦੇ ਨਾਲ ਮਿਲ ਕੇ ਬਾਹਰਲੇ ਗੁੰਡਿਆਂ ਦੇ ਨਾਲ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਪੀੜਤ ਦੇ ਵਾਰ ਵਾਰ ਕਹਿਣ ਤੇ ਵੀ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਇਸ ਮਾਮਲੇ ਸੰਬੰਧੀ ਪੀੜਤ ਨੇ ਜਾਣਕਾਰੀ ਦਿੰਦੇ ਅੱਗੇ ਹੋਰ ਕੀ ਕੁਝ ਦੱਸਿਆ ਆਓ ਸੁਣਦੇ ਹਾਂ ਕੀ ਨਾਮ ਹੈ ਜੀ ਗੋਪਾਲ ਸਿੰਘ ਜੀ ਕਿਹੜਾ ਪਿੰਡ ਹੈ ਮੋਜੋਵਾਲ ਜੀ ਕੀ ਕੰਮ ਕਰਦੇ ਹੋ ਮੈਂ ਹਰਵਾਈ ਦਾ ਕੰਮ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈਗੀ ਜਿਹੜੀ ਘਟਨਾ ਹੋਈ ਹੈ ਕਿਹਨੇ ਕਰੀਏ ਹੈਗੀ ਗੱਲਬਾਤ ਸਰ ਇਹ ਹੋਈ ਹੈ ਮੇਰਾ ਚਾਦਾ ਦੀ ਘਰ ਜਿਹੜਾ ਕੋਰਟ ਕੇਸ ਉਹਦੇ ਵਿੱਚ ਹੀ ਮੇਰੇ ਸਹੁਰਾ ਪਰਿਵਾਰ ਮੇਰੇ ਘਰ ਵਾਲੀ ਧੱਕੇ ਵਾਲੀ ਘਰ ਦੇ ਵਿੱਚ ਵੜਨਾ ਚਾਹੁੰਦੇ ਤੇ ਸਾਨੂੰ ਵੀ ਸਾਡਾ ਜੱਜ ਨੇ ਸਾਨੂੰ ਟਾਈਮ ਦਿੱਤਾ ਰਹਿਣ ਵਾਸਤੇ ਉਹ ਸਾਡੀ ਨਹੀਂ ਨੀਵੀ ਮੈਂ ਜੱਜ ਸਾਹਿਬ ਨੂੰ ਦੱਸਤਾ ਜਾ ਕੇ ਵੀ ਸਾਡਾ ਨਹੀਂ ਹੋਈ ਉਹਨੂੰ ਸਾਨੂੰ ਤਰੀਕ ਦੇ ਦਿੱਤੀ ਹੈ ਉਸ ਤੋਂ ਬਾਅਦ ਵੀ ਮੇਰੇ ਘਰ ਵਾਲੀ ਧੱਕੇ ਨਾਲ ਰਹਿਣਾ ਚਾਹੁੰਦੀ ਘਰ ਦੇ ਵਿੱਚ ਆ ਕੇ ਮੇਰਾ ਸਹੁਰਾ ਪਰਿਵਾਰ 15 ਤਰੀਕ ਨੂੰ ਆਏ ਤੇ ਉਹਨੇ ਦੁਕਾਨ ਤੇ ਘੱਟੋ ਘੱਟ 10-12 ਬੰਦੇ ਲੈ ਕੇ ਮਾਰ ਕੇ ਸੁੱਟ ਕੇ ਦੁਕਾਨ ਦੇ ਬਾਹਰ ਠੀਕ ਹੈ ਜੀ ਜਿੰਨੇ ਬੰਦੇ ਸਾਰੀ ਮੇਰੇ ਵੀਡੀਓ ਲਈ ਹੈ ਮੇਰੇ ਕੈਮਰੇ ਲੱਗੇ ਨੇ ਦੁਕਾਨ ਤੇ ਮੇਰੇ ਘਰ ਵਾਲੀ ਮੇਰੀ ਸੱਸ ਮੇਰਾ ਸਾਲਾ ਉਹਦੇ ਵਿੱਚ ਨੇ ਨਾਲ ਆਏ ਘੱਟੋ ਘੱਟ 10-12 ਬੰਦੇ ਨੇ ਨਾਲ ਉਹਨਾਂ ਦੇ ਉਹ ਹੈਗੇ ਨੇ ਬਖਸ਼ੀ ਵਾਲੇ ਪਿੰਡ ਦੇ ਕੋਈ ਕਾਰਵਾਈ ਨੀ ਕਰਨ ਦੇ ਰਿਹਾ ਮੁਲਾਜ਼ਮਾਂ ਨੂੰ ਛੋਟੇ ਥੱਲੇ ਮੁਲਾਜ਼ਮ 80 ਥੱਲੇ ਜਿੰਨੇ ਮੁਲਾਜ਼ਮ ਹੈਗੇ ਨੇ ਉਹਨਾਂ ਤੇ ਕਾਰਵਾਈ ਕਰਨ ਨਹੀਂ ਦੇ ਰਿਹਾ ਉਹ ਹਟਾ ਰਿਹਾ ਜਿਹੜਾ ਸਾਡਾ ਮੇਰਾ ਮੁਲਾਜ਼ਮ ਸੀ ਪਹਿਲਾਂ ਜਿਹਦੇ ਕੇਸ ਸੀ ਗੁਰਮੀਤ ਸਿੰਘ ਉਹ ਵਾਕਿਆ ਛੁੱਟੀ ਦੇ ਇੱਕ ਮਹੀਨੇ ਨੀ ਲੈ ਕੇ ਉਸ ਤੋਂ ਬਾਅਦ ਆਪਦਾ ਕੇਸ ਦੇ ਗਿਆ ਉਹ ਉਹਦਾ ਨਾਮ ਕੀ ਸੀਗਾ ਪੁਸ਼ਵਿੰਦਰ ਸਿੰਘ ਨੂੰ ਪੁਸ਼ਵਿੰਦਰ ਸਿੰਘ ਅਸੀਂ ਕਹਿੰਦਾ ਵੀ ਕੇਸ ਨਹੀਂ ਦਰਜਾ ਕਰੇ ਜਦੋਂ ਗੁਰਮੀਤ ਸੁੱਟੀ ਤੋਂ ਆਊਗਾ ਅਸੀਂ ਫੇਰ ਹੀ ਕੇਸ ਚੱਕਾਂਗੇ ਜਾਂ ਤੁਸੀਂ ਐਸ ਐਚ ਓ ਨੂੰ ਕਹਾ ਦਿਓ ਜੇ ਐਸ ਐਚ ਓ ਕਹੂਗਾ ਤਾਂ ਅਸੀਂ ਰੇਡ ਕਰਾਂਗੇ ਨਹੀਂ ਰੇਡ ਨਹੀਂ ਕਰਦੇ ਅਸੀਂ ਠੀਕ ਹੈ ਜੀ ਐਸ ਐਚ ਓ ਥਾਣਾ ਸਾਜਲੀ ਦਾ ਜਿਹੜਾ ਉਹ ਸਾਰੀ ਰੁਕਾਵਟ ਉਹਦੀ ਹੈ ਠੀਕ ਹੈ ਜੀ ਉੱਥੇ ਸਿਫਾਰਸ਼ ਹੋਈ ਹੋਈ ਹੈ ਠੀਕ ਹੈ ਜੀ ਐਸ ਐਚ ਓ ਦੀ ਸਿਫਾਰਸ਼ ਲੱਗਦੀ ਹੈ ਤੁਹਾਨੂੰ ਸਿਫਾਰਸ਼ ਸਾਨੂੰ ਲੱਗਦੀ ਹੈ ਹਰਪਾਲ ਚੀਮੇ ਦੀ ਜਿੱਥੇ ਤੱਕ ਮੈਨੂੰ ਮੈਂ ਜਾਣਦਾ ਮੇਰਾ ਭਾਈ ਹੈ ਡਰਾਈਵਰ ਹੈ ਨਿਸ਼ਾਨ ਸਿੰਘ ਰਪੂਜੀ ਹੈ ਸਾਜਲੀ ਭੱਠਿਆਂ ਦਾ ਮਾਲਕ ਆ ਉਹਦੀ ਫੈਕਟਰੀ ਵੀ ਹੈ ਕੋਠਿਆਂ ਦੇ ਵਿੱਚ ਕੋਠਿਆਂ ਦਾ ਇੱਕ ਸਰਪੰਚ ਹੈ ਉਹਨਾਂ ਦਾ ਉਹ ਡਰਾਈਵਰ ਹੈ ਉਹਨਾਂ ਦੀ ਸਿਫਾਰਸ਼ ਹੈ ਉਹਨਾਂ ਦੀ ਸਿਫਾਰਸ਼ ਕਰਵਾਈ ਹੋਈ ਹੈ ਚੀਮਾ ਸਾਹਿਬ ਤੋਂ ਜਿਹੜੀ ਕਿ ਅੱਜ ਆਮ ਆਦਮੀ ਪਾਰਟੀ ਹੈ ਇਮਾਨਦਾਰ ਪਾਰਟੀ ਕਹਿੰਦੀ ਅਸੀਂ ਵੀ ਅਸੀਂ ਆਮ ਆਦਮੀ ਪਾਰਟੀ ਹਾਂ ਇਮਾਨਦਾਰ ਹਾਂ ਅਤੇ ਇਮਾਨਦਾਰ ਪਾਰਟੀ ਨਹੀਂ ਜਿਹੜੇ ਦੁਕਾਨ ਦੇ ਵਿੱਚ ਭੰਨ ਤੋੜ ਕੀਤੀ ਜਾ ਰਹੀ ਕੀ ਨੁਕਸਾਨ ਕਰ ਰਿਹਾ ਹੈ ਨੁਕਸਾਨ ਤਾਂ ਮੇਰਾ ਘੱਟੋ ਘੱਟ ਜੀ ਵੀ ਜਿੱਥੇ ਤੱਕ ਮੈਨੂੰ ਅੰਦਾਜ਼ਾ ਹੈ ਹਿਸਾਬ ਲਾ ਵਾ ਵੀ 1-1.5 ਲੱਖ ਦਾ ਨੁਕਸਾਨ ਕਰਕੇ ਨਿਕਲ ਵਗੈਰਾ ਸਾਰੇ ਜਿੰਨੀ ਮਿਠਾਈ ਸੀ ਮੌਕੇ 'ਤੇ ਕੰਮ ਕਰਦੇ ਸੀਗੇ ਸਾਰਾ ਸਾਡਾ ਸਾਰਾ ਤਬਾਹ ਹੋ ਗਿਆ ਜਿਹੜਾ ਦੁਕਾਨ ਦੇ ਸਮਾਨ ਸੀ ਮੌਕੇ ਦਾ ਜਿਹੜੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਵੀ ਕੁਛ ਭਗਾ ਕੇ ਮਾਰ ਰਹੇ ਨੇ ਉਹ ਕੀ ਉਹ ਕੰਚ ਦੀਆਂ ਬੋਤਲਾਂ ਮੇਰੇ ਉੱਪਰ ਮਾਰ ਰਹੇ ਨੇ ਜੀ ਮੈਂ ਦੁਕਾਨ ਦੇ ਅੰਦਰ ਮੇਰੇ ਵੜ ਜਾਂਦੇ ਮਾਂ ਕਰਨਾ ਜੀ ਮੈਂ ਭੱਜ ਕੇ ਅੰਦਰ ਵੜ ਦੇਣਾ ਉਹ ਕੰਚ ਦੀਆਂ ਬੋਤਲਾਂ ਮਾਰ ਦੇਣੇ ਉਹ ਬੋਤਲਾਂ ਵੀ ਕੁਛ ਲੱਗੀਆਂ ਤੀਆਂ ਮੇਰੇ ਬਾਅਦ 'ਚ ਕੰਚ ਨਿਕਲਿਆ ਮੇਰੇ ਭੂਮੀ ਵਿੱਚੋਂ 3-4 ਦਿਨਾਂ ਬਾਅਦ ਨਿਕਲਿਆ ਅਤੇ ਫਿਰ ਤੈਨੂੰ ਲੈ ਕੇ ਵੀ ਆਏ ਨੇ ਉੱਪਰੋਂ ਉੱਪਰੋਂ ਖਿੱਚ ਕੇ ਲਿਆ ਰਹੇ ਨੇ ਜੀ ਵੀਡੀਓ ਦੇ ਵਿੱਚ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਹ ਗੱਲ ਕਿਤੇ ਵੀਡੀਓ ਹੈਗੀ ਆ ਮਤਲਬ ਦੇਖ ਕੇ ਸਾਰੇ ਕਿਤੇ ਖਾਣਾ ਸਾਜ ਲਈ ਵੀ ਦੇਖੇ ਵੀਡੀਓ
ਵੀ ਜਿੱਥੇ ਵਕੀਲ ਵੀ ਉਹਨੂੰ ਵੀ ਦੇ ਰੱਖੀ ਆ ਮੈਂ ਹੈਗੀ ਆ ਵੀਡੀਓ ਉਹਦੇ ਖਿੱਚ ਕੇ ਲਿਆ ਰਹੇ ਸੜਕ ਤੇ ਲਿਆ ਕੇ ਕੁੱਟਦੇ ਨੇ ਸਾਰੇ ਬੰਦੇ ਉਹ ਵੀਡੀਓ ਵਿੱਚ ਨੇ ਕਾਹਦੇ ਕਾਹਦੇ ਨਾਲ ਕੁੱਟੇ ਤੁਹਾਨੂੰ ਪਤਾ ਕੁਛ ਮੈਨੂੰ ਕੁੱਟੇ ਹੀ ਖੁਰਚਣਿਆਂ ਨਾਲ ਬੇਸਬਾਲ ਨਾਲ ਰਾੜਾ ਨਾਲ ਰਾੜ ਬੇਸਬਾਲ ਖੁਰਚਣੇ ਸਾਰੇ ਉਹ ਇਹ ਵੀ ਦੱਸਦੇ ਕਰਦੇ ਕੀ ਨੇ ਉਹ ਸਾਰੇ ਸ਼ਰਾਬ ਵੇਚਦੇ ਨੇ ਬਲੈਕੀ ਬੰਦੇ ਨੇ ਉਹ ਸੁਵੇ ਗੱਲ ਦਾ ਪਤਾ ਹੈ ਐਸੇ ਚ ਨੂੰ ਖੁਦ ਪਤਾ ਹੈ ਵੀ ਇਹ ਬਲੈਕੀ ਬੰਦੇ ਨੇ ਦਾਰੂ ਵੇਚਦੇ ਤੇ ਕਮਿਸ਼ਨ ਖਾਂਦੇ ਲੋਕ ਹਜੇ ਵੀ ਮੈਨੂੰ ਧਮਕੀ ਮਿਲਦੀਆਂ ਨੇ ਬੰਦਿਆਂ ਹਜੇ ਵੀ ਦੁਕਾਨ ਦੇ ਮੂਹਰੇ ਮੇਰੇ ਗੇੜੇ ਮਾਰਦੇ ਨੇ ਬੰਦੇ ਡਰਾਉਣ ਦੇ ਮਾਰੇ ਵੀ ਤੂੰ ਕੇਸ ਵਾਪਸ ਲੈ ਰਾਜੀ ਬੰਦਾ ਕਰਦਾ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਮੈਂ ਸਰਕਾਰ ਤੋਂ ਮੰਗ ਕਰਦਾ ਇਨਸਾਫ ਮਿਲਣਾ ਚਾਹੀਦਾ ਜਿਵੇਂ ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਆਮ ਆਦਮੀ ਹਾਂ ਆਮ ਆਦਮੀ ਸਰਕਾਰ ਨਾ ਇਨਸਾਫ ਦੇਵੇ ਨਾ ਜੀ ਇੱਕ ਥਾਣਾ ਸਾਈ ਦੀ ਇੱਕ ਸਾਇਦ ਆਇਆ ਜੀ ਪਿੱਛੇ ਮਸ਼ਹੂਰ ਹੋਇਆ ਸੀ ਇਹ 10 ਥਾਣਾ ਵੀ ਇੰਡੀਆ ਦੇ ਸਾਈਡ ਵਿੱਚ ਪੰਜਾਬ ਦਾ ਪਹਿਲਾ ਥਾਣਾ ਆਇਆ ਸੀ ਇਹ ਸਭ ਤੋਂ ਘਟੀਆ ਥਾਣਾ ਸਾਹਿਬ ਤੋਂ ਇਸ ਇਹ ਕੇਸ ਦੇ ਵਿੱਚ ਸਾਈਲੀ ਥਾਣਾ ਸਭ ਤੋਂ ਘਟੀਆ ਮੁਲਾਜ਼ਮ ਸਭ ਤੋਂ ਘਟੀਆ ਸਾਰੇ ਦਾ ਨਾਂ ਕੀ ਹੈਗਾ ਸਤਗੁਰ ਸਿੰਘ ਤੇਰੀ ਸੱਸ ਦਾ ਘਰ ਵਾਲੀ ਦਾ ਪਰਮਜੀਤ ਕੌਰ ਬੈਠਾ ਸੀ ਅਸੀਂ ਗੁਲਾਬ ਜਾਮਨ ਬਣਾਉਣ ਲੱਗ ਰਹੇ ਤੇ 10 ਤੋਂ 15 ਜਾਣੇ ਆਏ ਜੀ ਕਹਿੰਦੇ ਨਾ ਗੱਲ ਨੀ ਕਰੀ ਬਾਤ ਨੀ ਕਰੀ ਬਸ ਸਿੱਧਾ ਬਸ ਇਹਨੂੰ ਕਹਿੰਦੇ ਪਹਿਲਾਂ ਬਾਹਰ ਬੁਲਾਉਂਦੇ ਤੇ ਬਾਹਰ ਬੁਲਾਉਣ ਦੇ ਬਾਵਜੂਦ ਧੱਕੇ ਨਾਲ ਅੰਦਰ ਵੜਦੇ ਤੇ ਕਹਿੰਦੇ ਦੀ ਬਾਹਰ ਨਿਕਲੋ ਉਸ ਤੋਂ ਬਾਅਦ ਉਹ ਇੱਥੇ ਠੰਡੇ ਦੀਆਂ ਬੋਤਲਾਂ ਪਈਆਂ ਤੀਆਂ ਉਹਨਾਂ ਨਾਲ ਪਹਿਲਾਂ ਠੰਡੇ ਦੀਆਂ ਬੋਤਲਾਂ ਨਾਲ ਹਮਲਾ ਕਰਤਾ ਜੀ ਫਿਰ ਖੁਰਚਣਾ ਚੱਕ ਲਏ ਦੇ ਸਾਲੇ ਨੇ ਜੀ ਖੁਰਚਣੇ ਨਾਲ ਕੁੱਟਿਆ ਜੀ ਇਹ ਤਾਹਾਂ ਚੜ ਗਏ ਜੀ ਭੱਜ ਕੇ ਫਿਰ ਰਾੜ ਤੀ ਇੱਕ ਉਹਨਾਂ ਲਵੇ ਇੱਕ ਬੇਸਬਾਲ ਤੀ ਜੀ ਇੱਕ ਸੋਟਾ ਤੀ ਉਹਨਾਂ ਨਾਲ ਕੁੱਟਿਆ ਜੀ ਤੁਸੀਂ ਕੀ ਮੰਗ ਕਰਦੇ ਹੋਗੇ ਇਨਸਾਫ਼ ਦੀ ਮੰਗ ਕਰਦੇ ਜੀ ਬੰਦੇ ਫੜੇ ਗਏ ਨੇ ਕਿੱਥੋਂ ਦੇ ਕੁਛ ਪਤਾ ਲੱਗਿਆ ਸਾਨੂੰ ਪਤਾ ਲੱਗ ਗਿਆ ਜੀ ਪੁਲਿਸ ਨੂੰ ਹੀ ਪਤਾ ਜੀ ਕਿੱਥੇ ਦੇ ਬੰਦੇ ਦੇ ਕਿੱਥੇ ਨਾਂ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਮੈਂ ਦਿਹਾੜੀ ਕਰਦਾ ਜੀ ਮੈਂ ਉਸ ਟਾਈਮ ਉਰੇ ਬੈਠਾ ਸੀ ਅਸੀਂ ਗੁਲਾਬ ਜਾਮਣਾ ਬਣਾਉਣ ਲੱਗ ਰਹੇ ਤੇ ਤੁਹਾਡਾ ਇਹਨਾਂ ਨਾਲ ਵਧੀਆ ਸਹਿਚਾਰ ਹੈ ਹਾਂਜੀ ਹਾਂਜੀ ਮੇਰਾ ਦੋਸਤ ਹੈ ਕਿਸ ਤਰ੍ਹਾਂ ਦੇ ਇਨਸਾਨ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ ਜਿਹੜਾ ਇਹਨਾਂ ਦਾ ਰੌਲਾ ਸੀ ਉਹ ਕਿਸ ਤਰ੍ਹਾਂ ਚੱਲਦਾ ਸੀ ਇਹਨਾਂ ਦਾ ਇਹਦੇ ਵਾਈਫ ਨਾਲ ਡਿਸਪਿਊਟ ਚੱਲ ਰਿਹਾ ਜੀ ਤੇ ਉਸ ਦਾ ਉਹ ਜੱਜ ਸਾਹਿਬ ਨੇ ਭੇਜੀ ਹੋਈ ਸੀ ਜੀ ਪਹਿਲਾਂ 20 ਦਿਨਾਂ ਵਾਸਤੇ ਭੇਜਤੀ ਜੱਜ ਸਾਹਿਬ ਨੇ ਵੀ ਤੁਸੀਂ ਰਹਿ ਕੇ ਦੇਖ ਲਓ 20 ਦਿਨ ਅੱਛਾ ਇਹਨਾਂ ਦਾ 10 ਦਿਨਾਂ ਬਾਅਦ ਹੀ ਫਿਰ ਫਰਕ ਆ ਗਿਆ ਜੀ ਉਹ ਜਦੋਂ ਤਰੀਕ ਦਿੱਤੀ ਸੀ ਜੀ ਉਹਨਾਂ ਨੇ ਉਸ ਤਰੀਕ 'ਤੇ ਜੱਜ ਸਾਹਿਬ ਨੇ ਦੱਸਤਾ ਜੀ ਵੀ ਇਹ ਤਾਂ ਫਿਰ ਉਹੀ ਹੈ ਉਹ ਜੱਜ ਸਾਹਿਬ ਨੇ ਹੀ ਭੇਜ ਫਿਰ ਦੁਬਾਰੇ ਉਹਨੂੰ ਕਹਿਤਾ ਜੀ ਵੀ ਤੁਹਾਡਾ ਵਕੀਲ ਨੂੰ ਲੈ ਕੇ ਆਓ ਤੁਸੀਂ ਵੀ ਇਹ ਵਕੀਲ ਤੁਹਾਡਾ ਇਹ ਗੱਲ ਦਾ ਜਵਾਬ ਦੇਵੇ ਜੀ ਉਸ 15 ਤਰੀਕ ਨੂੰ ਉਹ ਧੱਕੇ ਨਾਲ ਚਾਬੀਆਂ ਮੰਗਦੀ ਸੀ ਘਰ ਦੀਆਂ ਉਸ ਤੋਂ 1.5 ਘੰਟੇ ਬਾਅਦ ਵੀ ਇਹ 10 ਤੋਂ 12 ਬੰਦਿਆਂ ਨੂੰ ਲੈ ਕੇ ਕੁੱਟਮਾਰ ਕਰ ਗਈ ਜੀ ਕੀ ਮੰਗ ਕਰਦੇ ਤੁਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿਸ ਤਰ੍ਹਾਂ ਦਾ ਇਨਸਾਫ਼ ਹੋਣਾ ਚਾਹੀਦਾ ਵੀ ਜਿਹੜਾ ਇਹਦੇ ਨਾਲ ਕੋਈ ਘਟਨਾ ਵਾਪਰੀ ਹੈ ਜੀ ਕਾਨੂੰਨ ਉਹਦਾ ਇਨਸਾਫ਼ ਕਰੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਅਰੈਸਟ ਨਹੀਂ ਹਜੇ ਤੱਕ ਹੋਈ ਜੀ 1 ਮਹੀਨੇ ਦਾ ਸਮਾਂ ਹੋ ਗਿਆ ਕੀ ਕਾਰਨ ਲੱਗਦਾ ਵੀ ਕਦਮ ਨਹੀਂ ਹੋਏ ਅਰੈਸਟ ਪ੍ਰੈਸ਼ਰ ਪੈ ਰਿਹਾ ਜੀ ਪੁਲਿਸ 'ਤੇ ਦਬਾਅ ਦੇ ਕਾਰਨ ਪ੍ਰੈਸ਼ਰ ਹੋ ਰਿਹਾ ਜੀ ਕਿਹਦਾ ਦਬਾਅ ਲੱਗਦਾ ਸਾਨੂੰ ਹਰਪਾਲ ਚੀਮੀਆ ਲੱਗਦਾ ਜੀ ਵੀ ਉਹਨਾਂ ਨੇ ਸਿਫਾਰਿਸ਼ ਕੀਤੀ ਹਾਂਜੀ 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 ਉਧਰੇ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਛਾਜਲੀ ਦੇ SHO ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਕੇਸ ਦਾ IO ਗੁਰਮੀਤ ਸਿੰਘ 1 ਮਹੀਨੇ ਦੀ ਛੁੱਟੀ ਤੇ ਚੱਲ ਰਿਹਾ ਜੋ ਕਿ 4 ਅਕਤੂਬਰ ਨੂੰ ਵਾਪਸ ਆਵੇਗਾ ਫਿਲਹਾਲ ਆਰਜ਼ੀ ਤੌਰ ਤੇ ਇਸ ਮਾਮਲੇ ਦੀ ਤਫਤੀਸ਼ ASI ਖੁਸ਼ਵਿੰਦਰ ਸਿੰਘ ਕਰ ਰਹੇ ਨੇ ਤੇ ਜਦੋਂ ਇਸ ਮਾਮਲੇ ਨੂੰ ਲੈ ਕੇ ASI ਖੁਸ਼ਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਰੋਪੀਆਂ ਦੇ ਘਰ ਕਈ ਵਾਰ ਰੇਡ ਕੀਤੀ ਗਈ ਤਾਂ ਉਸਦੇ ਸਹੁਰੇ ਘਰ ਜਿੰਦਾ ਲੱਗਿਆ ਹੋਇਆ ਸੀ ਪਰ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀ ਟੀਮ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। A1 ਮੀਡੀਆ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਖਾਸ ਰਿਪੋਰਟ।